ਭਾਈ ਗੁਰਦਾਸ ਜੀ ਆਪਣੀਆਂ ਰਚਨਾਵਾਂ ਵਿੱਚ ਜ਼ਿਕਰ ਕਰਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਦੀ ਇਹ ਧਾਰਾ ਲਗਾਤਾਰ ਪ੍ਰਵਾਹਿਤ ਹੁੰਦੀ ਰਹੀ। ਇਸ ਦੇ ਲਈ ਕੌਮ ਨੇ ਬਹੁਤ ਸਾਰੇ ਸੁਹਿਰਦ ਯਤਨ ਕੀਤੇ ਨੇ। ਇਹਨਾਂ ਯਤਨਾਂ ਨੂੰ ਚਾਰ ਚੰਨ ਲਾਉਣ ਦਾ ਇੱਕ ਅਹਿਮ ਯੋਗਦਾਨ ਰਿਹਾ ਕਵੀਸ਼ਰੀ ਪਰੰਪਰਾ ਦਾ। ਸੋ ਕਵੀਸ਼ਰੀ ਪਰੰਪਰਾ ਦੇ ਖੇਤਰ ਦੇ ਅਸਮਾਨ ਵਿੱਚ ਚਮਕਦੇ ਧਰੂ ਤਾਰੇ ਨੂੰ ਆਪ ਜੀ ਦੇ ਰੂਬਰੂ ਕਰਾਂਗੇ ਆਪਣੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਰਾਹੀਂ। ਇਹਨਾਂ ਦੀ ਆਪਣੀ ਇੱਕ ਵਿਲੱਖਣ ਸ਼ੈਲੀ ਹੈ ਔਰ ਇਹਨਾਂ ਦੀ ਕਲਮ ਨੇ ਅਜਿਹੀਆਂ ਕਵਿਤਾਵਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੂੰ ਸਿੱਖ ਪੰਥ ਦੇ ਵਿੱਚ ਬਹੁਤ ਸਤਿਕਾਰ ਮਿਲਿਆ। ਮੇਰੀ ਮੁਰਾਦ ਕਵੀਸ਼ਰ ਜੋਗਾ ਸਿੰਘ ਜੀ ਭਾਗੋਵਾਲੀਆ, ਅਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ। ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ, ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਵੀ ਕਦੀ ਵੀ ਸਧਾਰਨ ਨਹੀਂ ਹੁੰਦੇ। ਉਹਨਾਂ ਦਾ ਚਿੰਤਨ ਦੁਨੀਆ ਦੇ ਨਾਲੋਂ ਵੱਖਰਾ ਹੁੰਦਾ, ਚਿੰਤਨ ਹੀ ਵੱਖਰਾ ਨਹੀਂ ਹੁੰਦਾ, ਉਹਨਾਂ ਦੀ ਆਪਣੀ ਇੱਕ ਦੁਨੀਆ ਹੁੰਦੀ ਹੈ। ਜਦੋਂ ਉਸ ਦੁਨੀਆ ਦੇ ਵਿੱਚ ਹੁੰਦੇ ਨੇ, ਆਨੰਦ ਪ੍ਰਾਪਤ ਕਰਦੇ ਨੇ, ਉਸ ਆਨੰਦ ਨੂੰ ਆਪਣੀ ਲਫਜ਼ਾਂ ਦੇ ਰਾਹੀਂ, ਅਲਫਾਜ਼ਾਂ ਦੇ ਰਾਹੀਂ, ਕਲਮ ਦੇ ਰਾਹੀਂ ਦੁਨੀਆ ਦੇ ਅੱਗੇ ਲੈ ਕੇ ਆਉਂਦੇ ਨੇ। ਅਜਿਹੀ ਸ਼ਖਸੀਅਤ ਦੇ ਮਾਲਕ ਨੇ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਜੋ ਸਾਡੇ ਨਾਲ ਨੇ। ਭਾਗੋਵਾਲੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਗੋਵਾਲੀ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਆਪਣੇ ਬਚਪਨ ਦੇ ਬਾਰੇ ਸੰਗਤਾਂ ਨੂੰ ਜ਼ਰੂਰ ਦੱਸੋ। ਸਰਦਾਰ ਵਰਿਆਮ ਸਿੰਘ ਜੀ, ਜ਼ਿਲ੍ਹਾ ਗੁਰਦਾਸਪੁਰ ਦਾ ਘੁੱਗੂ ਵੱਸਦਾ ਪਿੰਡ ਆ ਭਾਗੋਵਾਲ ਜੀ। ਇਸ ਪਿੰਡ ਨੇ ਬੜੀਆਂ ਬੜੀਆਂ ਸ਼ਖਸੀਅਤਾਂ ਪੈਦਾ ਕੀਤੀਆਂ ਨੇ ਧਾਰਮਿਕ ਜਗਤ ਦੇ ਵਿੱਚ ਵੀ, ਪਹਿਲਵਾਨੀ ਦੇ ਖੇਤਰ ਵਿੱਚ ਸਰਦਾਰ ਸਵਰਨ ਸਿੰਘ ਜੀ ਕੋਲਾ, ਪਹਿਲਵਾਨ ਰੁਸਤਮੇ ਹਿੰਦ, ਉਹਨਾਂ ਦੇ ਪਰਿਵਾਰ ਵਿੱਚ ਸਰਦਾਰ ਮੁਖਤਾਰ ਸਿੰਘ ਜੀ ਦੇ ਗ੍ਰਹਿ ਮਾਤਾ ਸੁਰਨ ਕੌਰ ਦੀ ਕੁੱਖ ਤੋਂ 1966 ਵਿੱਚ ਮੇਰਾ ਜਨਮ ਪਿੰਡ ਭਾਗੋਵਾਲ ਵਿਖੇ ਹੋਇਆ। 6ਵੀਂ ਤੋਂ 10ਵੀਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਵਿਖੇ ਮੈਂ ਪੜ੍ਹਿਆ ਔਰ ਮੁੱਢਲੇ ਰੂਪ ਵਿੱਚ ਕਵੀਸ਼ਰੀ ਦੀ ਚੇਟਕ ਵੀ ਇੱਥੇ ਹੀ ਲੱਗੀ। ਉਦੋਂ ਗਿਆਨੀ ਜੋਗਾ ਸਿੰਘ ਜੀ, ਜੋਗੀ ਸਾਹਿਬ ਜੀ ਦਾ ਜਥਾ ਬਹੁਤ ਮਸ਼ਹੂਰ ਸੀ ਸਾਡੇ ਪਿੰਡ। ਉਹ 8 ਸਾਲ ਹੋਲੇ ਮਹੱਲੇ ਦੇ ਦੁਆਨਾਂ 'ਤੇ ਕਵੀਸ਼ਰੀ ਕਰਨ ਆਏ। ਉਹਨਾਂ ਦੇ ਕੋਲ ਉਹਨਾਂ ਦੀਆਂ ਛਪੀਆਂ ਹੋਈਆਂ ਕਿਤਾਬਾਂ ਹੁੰਦੀਆਂ ਸੀ, ਉਹਦੀ ਕੀਮਤ ਉਸ ਵਕਤ ਹੁੰਦੀ ਸੀ 2 ਰੁਪਏ। ਸਾਨੂੰ ਘਰਦਿਆਂ ਤੋਂ ਰੁਪਈਆ ਕਰਕੇ 2 ਰੁਪਏ ਅਸੀਂ ਇਕੱਠੇ ਕਰ ਲੈਣੇ ਅਤੇ ਉਹ ਕਿਤਾਬ ਜਿਹੜੀ ਖਰੀਦ ਲੈਣੀ। ਉਹ ਫਿਰ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਨ ਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਇਸ ਤਰ੍ਹਾਂ ਕਰਦਿਆਂ ਫਿਰ ਬਚਪਨ ਤੋਂ ਮੈਂ ਜਵਾਨੀ। ਮਤਲਬ ਜਿਹੜੀ ਸ਼ੁਰੂਆਤ ਆ ਉਹ ਤੁਹਾਡੀ ਬਾਲ ਸਭਾ ਦੇ ਵਿੱਚੋਂ ਹੀ ਹੋਈ? ਬਾਲ ਸਭਾ ਦੇ ਵਿੱਚ। ਬਾਲ ਸਭਾ ਵਾਕਈ ਬੜੇ ਬੜੇ ਵਿਦਵਾਨ ਵੀ ਦਿੰਦੀ ਹੈ, ਜਦੋਂ ਬੱਚੇ ਦਾ ਹੁਨਰ ਬਾਹਰ ਆਉਂਦਾ ਹੈ ਬਾਲ ਸਭਾ ਦੇ ਰਾਹੀਂ, ਕਿਉਂਕਿ ਹਰ ਬੱਚੇ ਦੇ ਅੰਦਰ ਜਮਾਂਦਰੂ ਕੁਝ ਗੁਣ ਹੁੰਦੇ ਆ। ਕਿਸੇ ਦੇ ਖੇਡ ਵੱਲ ਰੁਚੀ ਹੁੰਦੀ ਹੈ, ਕਿਸੇ ਦੀ ਗਾਉਣ ਵਾਲੇ ਪਾਸੇ ਰੁਚੀ ਹੁੰਦੀ ਹੈ। ਅਗਰ ਬੱਚੇ ਨੂੰ ਮੰਚਦਾਰ ਮੰਚ ਮਿਲਦਾ ਜਾਏ ਅਤੇ ਉਹ ਵੱਡਾ ਕਲਾਕਾਰ ਵੀ ਬਣ ਜਾਂਦਾ। ਅੱਛਾ, ਇੱਕ ਬੜੀ ਇੰਟਰਸਟਿੰਗ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ, ਤੁਹਾਡੀ ਜਿਹੜੀ ਵਿੱਦਿਆ ਉਹ ਹੈ 10ਵੀਂ ਤੱਕ ਮੈਟ੍ਰਿਕ, ਬਿਲਕੁਲ ਸਹੀ। ਪਰ ਜਦੋਂ ਤੁਸੀਂ ਮੰਚ ਦੇ ਉੱਪਰ ਬੋਲਦੇ ਹੋ ਜਾਂ ਤੁਹਾਡੇ ਅਲਫਾਜ਼ਾਂ ਨੂੰ ਕੋਈ ਸੁਣਦਾ, ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਜੋਗਾ ਸਿੰਘ ਭਾਗੋਵਾਲੀਆ 10 ਕਲਾਸਾਂ ਪੜ੍ਹੇ ਹੋਏ ਨੇ। ਤੁਹਾਡੇ ਲਫ਼ਜ਼ ਬੜੇ ਕਮਾਲ ਦੇ ਹੁੰਦੇ ਆ, ਵਿਦਵਾਨ ਵੀ ਆਪਣੀਆਂ ਉਂਗਲਾਂ ਨੂੰ ਦੰਦਾਂ ਹੇਠਾਂ ਲੈ ਲੈਂਦੇ ਆ, ਅਤੇ ਇਹ ਕਿੱਦਾਂ ਸੰਭਵ ਹੋਇਆ? ਕਿੰਨਾ ਕੁ ਸਾਹਿਤ ਤੁਸੀਂ ਪੜ੍ਹਿਆ? ਇਹ ਸਵਾਲ ਤੁਹਾਡਾ ਬੜਾ ਮਹੱਤਵਪੂਰਨ ਆ। ਸਾਡੇ ਦੇਸ਼ ਦਾ ਇੱਕ ਉਰਦੂ ਦਾ ਬੜਾ ਵੱਡਾ ਅਦੀਬ ਹੋਇਆ ਮਿਰਜ਼ਾ ਗਾਲਬ ਜੀ। ਉਹਦਾ ਇੱਕ ਸ਼ੇਅਰ ਹੈ, ਯੂੰ ਤੋਂ ਹੈ ਦਾਨਸ਼ਵਰ ਦੁਨੀਆ ਮੈਂ ਔਰ ਵੀ ਬਹੁਤ ਅੱਛੇ, ਪਰ ਕਹਿੰਦੇ ਹਨ ਕਿ ਗਾਲਬ ਦਾ ਅੰਦਾਜ਼ੇ ਬਿਆਨ ਹੈ ਔਰ। ਤੁਹਾਡੀ ਤਰਜ਼ ਬਿਆਨੀ ਜਿਹੜੀ ਹੈ ਉਹ ਤੁਹਾਨੂੰ ਦੂਜਿਆਂ ਨੂੰ ਵੱਖ ਕਰਦੀ ਹੈ, ਪਰ ਤੁਹਾਡੀ ਤਰਜ਼ ਬਿਆਨੀ ਵਿੱਚ ਜਿਹੜਾ ਰੰਗ ਹੈ, ਜਿਹੜਾ ਜਜ਼ਬਾ ਹੈ, ਉਹ ਤੁਹਾਡੀ ਪੜ੍ਹਾਈ 'ਤੇ ਡਿਪੈਂਡ ਕਰਦਾ ਹੈ। ਮੈਂ 10ਵੀਂ ਕਲਾਸ ਵਿੱਚ ਬਾਪੂ ਸੋਹਣ ਸਿੰਘ ਸੀਤਲ ਜੀ ਦਾ ਨਾਵਲ ਪੜ੍ਹਿਆ ਸੀ, ਤੂਤਾਂ ਵਾਲਾ ਖੂਹ, ਅਤੇ ਮੇਰੀ ਸ਼ਬਦਾਵਲੀ ਦਾ ਜਿਹੜਾ ਸਭ ਤੋਂ ਮਤਲਬ ਲੋਕ ਪ੍ਰਭਾਵਿਤ ਹੁੰਦੇ ਆ ਜਾਂ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ, ਉਹਦਾ ਕਾਰਨ ਇਹੀ ਹੈ ਕਿ ਮੈਂ ਨਾਵਲ ਬਹੁਤ ਪੜ੍ਹੇ ਨੇ। ਕਿਆ ਬਾਤ ਹੈ! ਇਸ ਤਰ੍ਹਾਂ ਕਰਕੇ ਮੈਂ ਉਹਨਾਂ ਲੋਕਾਂ ਨੂੰ ਪੜ੍ਹਿਆ ਜਿਹਨਾਂ ਲੋਕਾਂ ਦੀ ਸ਼ਬਦਾਵਲੀ ਵਿੱਚ ਬੜੇ ਡੂੰਘੇ ਅਰਥ, ਬੜੇ ਸੋਹਣੇ ਅੱਖਰ, ਅਤੇ ਕੁਦਰਤੀ ਗੱਲ ਹੈ ਜੋ ਆਪਾਂ ਪੜ੍ਹਦੇ ਹਾਂ ਉਹਦਾ ਸਾਡੇ ਸ਼ਬਦਾਂ ਦੇ ਉੱਤੇ ਅਸਰ ਹੁੰਦਾ। ਅਕਸਰ ਜਿਹੜਾ ਸਰੋਤਾ ਜਾਂਦੇ ਆ
ਉਹ ਬੰਦੇ ਦੇ ਸ਼ਬਦਾਂ ਤੋਂ ਹਿਸਾਬ ਲਾ ਲੈਂਦਾ ਵੀ ਇਹਨੇ ਕਿਹਨੂੰ ਕਿਹਨੂੰ ਪੜ੍ਹਿਆ। ਕੀ ਬਾਤ ਹੈ। ਜਦੋਂ ਤੁਸੀਂ ਆਪਣੀ ਮਤਲਬ ਤਕਰੀਰ ਕਰਦੇ ਹੋ ਉਹਦੇ ਵਿੱਚ ਹਵਾਲਾ ਦਿੰਦੇ ਹੋ ਸ਼ੇਖ ਸ਼ਾਦੀ ਦਾ, ਡਾਕਟਰ ਗੋਕੁਲ ਚੰਦ ਨਰੰਗ ਜੀ ਦਾ, ਇੰਦੂ ਭੂਸ਼ਣ ਬੈਨਰ ਜੀ ਆ, ਡਾਕਟਰ ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ। ਜਦ ਇਹਨਾਂ ਚੀਜ਼ਾਂ ਸਾਰਿਆਂ ਦੇ ਵਿੱਚੋਂ ਤੁਸੀਂ ਇੱਕ ਗੁਲਦਸਤਾ ਤਿਆਰ ਕਰਦੇ ਹੋ ਅਤੇ ਉਹ ਗੁਲਦਸਤਾ ਜਦੋਂ ਤੁਸੀਂ ਪੇਸ਼ ਕਰਦੇ ਹੋ ਉਹਦੇ ਗੁਲਦਸਤੇ ਦਾ ਇੱਕ ਇੱਕ ਰੰਗ ਜਿਹੜਾ ਉਹ ਫਿਰ ਸਰੋਤੇ ਨੂੰ ਆਪਣੇ ਵੱਲ ਮੋਹ ਲੈਂਦਾ ਅਤੇ ਉਹਦਾ ਚਿੱਤ ਕਰਦਾ ਹੈ ਵੀ ਇਹਨੂੰ ਦੁਬਾਰਾ ਦੁਬਾਰਾ ਸੁਣੀਏ। ਜੀ ਸਤਿ ਸੰਗਤ ਜੀ, ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਜਾਂ ਕਿਤੇ ਗੁਰਮਤਿ ਸਮਾਗਮ ਹੁੰਦਾ, ਜਿੱਥੇ ਵੀ ਜੋਗਾ ਸਿੰਘ ਭਾਗੋਵਾਲੀਆ ਇੱਕ ਵਾਰੀ ਹਾਜ਼ਰੀ ਭਰ ਜਾਂਦੇ ਨੇ, ਉਸ ਪਿੰਡ ਜਾਂ ਨਗਰ ਦੀ ਫਿਰ ਇਹ ਮੰਗ ਹੁੰਦੀ ਹੈ ਕਿ ਉਹ ਸਾਡੇ ਨਗਰ ਵਿਖੇ ਫਿਰ ਆਉਣ। ਤੁਹਾਡੀ ਜਿਹੜੀ ਪਿੱਛੇ ਦੀ ਕਿੰਨੀ ਕੁ ਲੰਬੀ ਮਿਹਨਤ ਹੈ, ਸਭ ਤੋਂ ਪਹਿਲਾਂ ਉਸਤਾਦ ਕਿਹਨਾਂ ਨੂੰ ਧਾਰਿਆ ਅਤੇ ਕਿੱਦਾਂ ਇਹ ਸ਼ੁਰੂਆਤ ਹੋਈ ਇਸ ਖੇਤਰ ਵੱਲ ਆਉਣ ਦੀ? ਵੇਖੋ ਸਰਦਾਰ ਬਰਿਆਮ ਸਿੰਘ ਜੀ, ਗਿਆਨੀ ਜੋਗਾ ਸਿੰਘ ਜੋਗੀ ਨੂੰ ਮੈਂ ਉਸਤਾਦ ਮੰਨਦਾ, ਭਾਵੇਂ ਉਹਨਾਂ ਨਾਲ ਮੈਂ ਜਥੇ 'ਚ ਕੰਮ ਨਹੀਂ ਕੀਤਾ, ਨਾ ਇੱਕ ਵਿਸ਼ਰੀ ਦੀਆਂ ਕੋਈ ਬਹੁਤੀਆਂ ਬਰੀਕੀਆਂ ਉਹਨਾਂ ਤੋਂ ਮੈਂ ਸਿੱਖੀਆਂ, ਲੇਕਿਨ ਮੈਂ ਇਸ ਕਰਕੇ ਉਹਨਾਂ ਨੂੰ ਉਸਤਾਦ ਮੰਨਦਾ ਵੀ ਜੇ ਉਹ ਕਵੀਸ਼ਰ ਨਾ ਹੁੰਦੇ ਤਾਂ ਮੇਰੇ ਅੰਦਰ ਇਹ ਜਿਹੜੀ ਇੱਕ ਲਗਨ ਸੀ ਉਹ ਨਹੀਂ ਸੀ ਲੱਗਣੀ, ਜਿਹੜੇ ਅੰਦਰ ਇੱਕ ਚੀਜ਼ ਪ੍ਰਫੁੱਲਤ ਹੋਈ ਹੈ, ਕਿਉਂਕਿ ਉਦੋਂ ਟੈਲੀਵਿਜ਼ਨ ਦਾ ਯੁੱਗ ਨਹੀਂ ਸੀ, ਇਹ ਗੱਲ 75-76 ਦੀ ਹੈ, ਕੋਈ ਹੋਰ ਮੋਬਾਈਲ ਇਸ ਤਰ੍ਹਾਂ ਦਾ ਕੋਈ ਸਾਧਨ ਨਹੀਂ ਸੀ। ਜਦੋਂ ਉਹ ਕਵੀਸ਼ਰੀ ਗਾਉਂਦੇ ਸੀ ਅਤੇ ਮੀਲਾਂ ਤੋਂ ਲੋਕ ਉਹਨਾਂ ਨੂੰ ਸੁਣ ਆਉਂਦੇ ਸੀ, ਜਦ ਉਹਨਾਂ ਦਾ ਮਾਣ ਸਤਿਕਾਰ ਹੁੰਦਾ ਸੀ ਤਾਂ ਉਹ ਮੇਰੇ ਦਿਲ ਅੰਦਰ ਵੀ ਇਸ ਤਰ੍ਹਾਂ ਦੀ ਇੱਕ ਗੱਲ ਪੈਦਾ ਹੋਈ ਵੀ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ। ਪਰ ਇਹਦੇ ਵਾਸਤੇ ਜਿੰਨੀ ਇਹ ਬਾਹਰੋਂ ਸੌਖੀ ਲੱਗਦੀ ਹੈ ਉਹਨਾਂ ਕੰਮ ਸੌਖਾ ਨਹੀਂ ਹੈ, ਬਿਲਕੁਲ। ਹਾਂ, ਇਹਦੇ ਵਾਸਤੇ ਤੁਹਾਨੂੰ ਬਹੁਤ ਪੜ੍ਹਨਾ ਪੈਂਦਾ। ਅੱਜ ਦਾ ਯੁੱਗ ਇਸ ਸਟੇਜ ਉੱਤੇ ਖੜ੍ਹਾ, ਉਹ ਸਰੋਤਾ ਜਿਹੜਾ ਉਹ ਘੰਟਿਆਂ ਬੱਧੀ ਬਹਿਣ ਨੂੰ ਤਿਆਰ ਹੁੰਦਾ, ਨਹੀਂ ਤਾਂ ਅੱਜ ਕੱਲ੍ਹ ਕਿਸੇ ਕੋਲ ਇੱਕ ਮਿੰਟ ਦਾ ਸਮਾਂ ਨਹੀਂ, ਜ਼ਿੰਦਗੀ ਮਸ਼ਰੂਫੀਅਤ ਭਰੀ, ਹਰ ਬੰਦਾ ਦੌੜ ਭੱਜ ਵਿੱਚ ਹੈ, ਕਾਹਲੀ ਕਾਹਲੀ ਵਿੱਚ ਹੈ, ਅਤੇ ਜੇ ਤੁਸੀਂ ਘੰਟਿਆਂ ਬੱਧੀ ਹਜ਼ਾਰਾਂ ਬੰਦਿਆਂ ਨੂੰ ਆਪਣੀ ਗੱਲ ਨਾਲ ਮਗਰ ਲਾ ਕੇ ਤੋਰ ਲੈਂਦੇ ਹੋ ਤਾਂ ਸਮਝੋ ਇਹਦੇ ਮਗਰ ਤੁਹਾਡੀ ਮਿਹਨਤ ਕੰਮ ਕਰ ਰਹੀ ਹੈ। ਪਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਇਹ ਇੱਕ ਤਪੱਸਿਆ ਹੈ। ਸੋ ਭਾਗੋਵਾਲੀ ਸਾਹਿਬ, ਤੁਸੀਂ ਜੋਗਾ ਸਿੰਘ ਜੋਗੀ ਹੋਰਾਂ ਦੇ ਕੋਲ ਤਾਲੀਮ ਲੈਣ ਵਾਸਤੇ ਜਾਂਦੇ ਰਹੋ ਜਾਂ ਸੁਣ ਸੁਣ ਕੇ ਗਿਆਨ ਗ੍ਰਹਿਣ ਕੀਤਾ? ਨਹੀਂ, ਜਦੋਂ ਮੈਂ ਕਵੀਸ਼ਰੀ ਦੇ ਖੇਤਰ ਵਿੱਚ ਆਇਆ ਉਦੋਂ ਉਹਨਾਂ ਦਾ ਜਥਾ ਪੂਰੀ ਸ਼ਿਖਰ 'ਤੇ ਸੀ, ਕਿਉਂਕਿ ਉਹ 1950 ਤੋਂ ਲਗਾਤਾਰ ਕਵੀਸ਼ਰੀ ਕਰ ਰਹੇ ਆ, ਅਤੇ ਆਪਾਂ ਤਾਂ 95-96 'ਚ ਮੈਂ ਸਥਾਪਿਤ ਤੌਰ 'ਤੇ ਇਹਦੇ ਵਿੱਚ ਆਇਆ, ਪਰ ਮੈਂ ਉਹਨਾਂ ਦੇ ਕੋਲ ਲਗਾਤਾਰ ਉਹਨਾਂ ਦੇ ਜਥੇ ਨਾਲ ਨਹੀਂ ਗਾਇਆ, ਪਰ ਜਦੋਂ ਉਹਨਾਂ ਦੀ ਸੰਗਤ ਸਮਾਂ ਮਿਲਣਾ ਜ਼ਰੂਰ ਕਰਨੀ, ਹੋਰ ਪੈਰੀਆਂ ਥਲਾਉਣਾ, ਗੋਡਿਆਂ ਥਲਾਉਣਾ, ਜਿਵੇਂ ਵੱਡਿਆਂ ਦਾ ਸਤਿਕਾਰ ਕਰੀਦਾ, ਅਤੇ ਕਈ ਬਰੀਕੀਆਂ ਪੁੱਛੀ ਦੀਆਂ ਸੀ ਵੀ ਜਿਵੇਂ ਕਵਿਤਾ ਲਿਖਣ ਵਾਸਤੇ ਕੀ ਸਮੱਗਰੀ ਹੋਣੀ ਚਾਹੀਦੀ ਹੈ, ਪ੍ਰਭਾਵਸ਼ਾਲੀ ਕਿਵੇਂ ਹੋਵੇ, ਅਤੇ ਉਹਨਾਂ ਨੇ ਫਿਰ ਮੈਨੂੰ ਦੱਸਣਾ ਕਿ ਇਹਨੂੰ ਜੁਗਤ ਦੇ ਵਿੱਚ ਲਿਖੋ, ਇੱਕ ਤੁਹਾਡੀ ਕਵਿਤਾ ਦਾ ਟਾਈਟਲ ਜਿਹੜਾ ਉਹ ਬੜਾ ਪ੍ਰਭਾਵਸ਼ਾਲੀ ਹੋਣਾ ਚਾਹੀਦਾ, ਜਿਵੇਂ ਉਹਨਾਂ ਦੇ ਸਿੱਧੇ ਛੰਦ ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਏ, ਕਰ ਪਹਿਲਾ ਵਾਰ ਤੁਸੀਂ ਮਨ ਵਿੱਚ ਮਾਣ ਰਹੇ ਨਾ ਖਾਨਾ, ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ, ਹੈ ਨਾ, ਅਤੇ ਅੱਧੀ ਰਾਤੀ ਜਿਵੇਂ ਮਹਾਰਾਣੀ ਜਿੰਦਾਂ ਦਾ ਲਿਖਿਆ, ਇਸ ਤਰ੍ਹਾਂ ਦੇ ਸਿੱਧੇ ਟਾਈਟਲ ਜਿਹੜੇ ਸੀ ਸਾਫ਼ ਸੁਥਰੇ, ਉਹ ਕਹਿੰਦੇ ਵੀ ਵਰਤੋ ਅਤੇ ਉਹ, ਕਿਉਂਕਿ ਇਹ ਮੂਲ ਰੂਪ ਵਿੱਚ ਪੇਂਡੂ ਲੈਵਲ ਦੀ ਇੱਕ ਆਮ ਲੋਕਾਂ ਦੇ ਵਿੱਚ ਗਾਈ ਜਾਣ ਵਾਲੀ ਕਵੀ, ਜਾਂ ਲੋਕਾਂ ਦੀ ਮਾਨਸਿਕਤਾ 'ਚ ਉਹ ਘਰ ਕਰ ਗਈ ਸੀ, ਘਰ ਕਰ ਗਈ। ਕੋਈ ਵੀ ਪੰਜਾਬ ਦਾ ਇਕੱਠ ਹੁੰਦਾ ਸੀ, ਭਾਵੇਂ ਉਹ ਸੱਭਿਆਚਾਰਕ ਸੀ, ਭਾਵੇਂ ਰਾਜਨੀਤਿਕ ਸੀ ਜਾਂ ਧਾਰਮਿਕ ਸੀ, ਉਹਨਾਂ ਤੋਂ ਬਿਨਾਂ ਸਫਲ ਨਹੀਂ ਸੀ ਸਮਝਿਆ ਜਾਂਦਾ। ਮਨੁੱਖ ਸਾਰੀਆਂ ਜੂਨਾਂ 'ਚੋਂ ਸ਼੍ਰੇਣੀ ਉੱਤਮ ਰੱਖਦਾ, ਇਹ ਇਕੱਲਾ ਰੋਟੀ ਪਾਣੀ ਦੇ ਆਸਰੇ ਨਹੀਂ ਜਿਉਂਦਾ, ਇਹ ਇਹਦੀ ਰੂਹ ਦੀ ਵੀ ਖੁਰਾਕ ਹੁੰਦੀ ਹੈ, ਇਹਦੀ ਰੂਹ ਦੀ ਖੁਰਾਕ ਕਿਸੇ ਦਾ ਪਰਮੇਸ਼ਰ ਦਾ ਨਾਮ ਹੈ, ਕੋਈ ਇਹਨੂੰ ਗੀਤ ਚੰਗੇ ਲੱਗਦੇ, ਕਿਸੇ ਨੂੰ ਇਤਿਹਾਸ ਚੰਗਾ ਲੱਗਦਾ। ਅੱਛਾ, ਕਵੀਸ਼ਰੀ ਦੀ ਜਿਹੜੀ ਉਪਜ ਹੈ ਹੁਣ ਤੱਕ ਦਾ ਜਿਹੜਾ ਸਫ਼ਰ ਹੈ, ਲੋਕਾਂ ਦੇ ਚਿੰਤਨ 'ਚ ਵਸਣਾ, ਲੋਕਾਂ ਦੇ ਦਿਲਾਂ 'ਚ ਵਸਣਾ ਜਾਂ ਤੁਹਾਡੇ ਵੱਲੋਂ ਇਹਨੂੰ ਅਪਣਾਉਣਾ, ਇਹਦੀ ਸ਼ੁਰੂਆਤ ਕਿੱਥੋਂ ਹੋਈ, ਇਹਦਾ ਪਿਛੋਕੜ ਤੁਸੀਂ ਕੀ ਮੰਨਦੇ ਹੋ? ਵੇਖੋ, ਹਰ ਕਲਾ ਦਾ ਕਿਤੇ ਨਾ ਕਿਤੇ ਜੜ੍ਹ ਹੁੰਦੀ ਆ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਾਲਿਆਂ ਨੇ 1988 ਦੇ ਕਰੀਬ ਵਿਦਵਾਨਾਂ ਦਾ ਇੱਕ ਸੈਮੀਨਾਰ ਕਰਵਾਇਆ ਸੀ, ਉਹਦਾ ਨਿਚੋੜ ਉਹਨਾਂ ਇੱਕ ਕਿਤਾਬ ਦੇ ਰੂਪ 'ਚ ਸਾਨੂੰ ਦਿੱਤਾ, ਉਹਦਾ ਟਾਈਟਲ ਹੈਗਾ ਮਾਲਵੇ ਦੀ ਕਵੀਸ਼ਰੀ ਪਰੰਪਰਾ। ਉਹਦੀ ਭੂਮਿਕਾ ਵਿੱਚ ਸਰਦਾਰ ਭਗਤ ਸਿੰਘ ਜੀ ਵਾਈਸ ਚਾਂਸਲਰ ਨੇ,
ਉਸ ਸਮੇਂ ਦੇ ਜੀ, ਉਹਨਾਂ ਲਿਖਿਆ ਕਿ ਕਵੀਸ਼ਰੀ ਮੂਲ ਰੂਪ ਵਿੱਚ ਮਾਲਵੇ ਦੀ ਧਰਤੀ ਦੀ ਉਪਜ ਹੈ ਅਤੇ ਮਾਲਵੇ ਦੇ ਕਵੀਸ਼ਰਾਂ ਨੇ ਇਹਨੂੰ ਲੋਕਪ੍ਰਿਯ ਬਣਾਇਆ। ਠੀਕ ਹੈ। ਉਹਨਾਂ ਨੇ ਕਿਹਾ ਵੀ 19ਵੀਂ ਸਦੀ ਦੇ ਅੱਧ ਵਿੱਚ ਜਾ ਕੇ ਇਹ ਬਹੁਤੀ ਪ੍ਰਚਲਿਤ ਹੋਈ ਹੈ, ਪਰ ਕਿਸੇ ਵੀ ਵਿਦਵਾਨ ਦੀ ਗੱਲ ਨਾਲ ਇਹਦਾ ਸਮਾਂ ਸਥਾਨ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਦ ਅਸੀਂ ਗੁਰ ਇਤਿਹਾਸ ਪੜ੍ਹਦੇ ਹਾਂ ਤਾਂ ਉੱਥੇ ਭਾਈ ਕੇਸਰ ਸਿੰਘ ਜੀ ਛਿੱਬਰ ਬਿਲਕੁਲ ਗੁਰਬੰਸਾਵਲੀ ਵਿੱਚ ਲਿਖਦੇ ਨੇ ਮਿਹਰਬਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਫਾਰਸੀ ਹਿੰਦਵੀ ਸੰਸਕ੍ਰਿਤ ਗੁਰਮੁਖੀ ਪੜ੍ਹੇ, ਤਿੰਨ ਵੀ ਆਪਣੀ ਬਾਣੀ ਬਹੁਤ ਬਣਾਈ, ਤੁਸੀਂ ਵੀ ਪੜ੍ਹਦੇ ਹੋ। ਇਹਦਾ ਮਤਲਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਤੋਂ ਹੀ ਕਵੀਸ਼ਰੀ ਨੂੰ ਗਾਇਆ ਜਾ ਰਿਹਾ ਸੀ। ਉਸ ਤੋਂ ਵੀ ਪਿੱਛੇ ਚਲੇ ਜਾਈਏ ਤੇ ਕਵਿਤਾ ਦੀ ਮਹਾਨਤਾ ਨੂੰ ਮੁੱਖ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹ ਜਿਹੜੀ ਰੱਬ ਦੀ ਤਾਰੀਫ ਹੈ, ਰੱਬ ਦੇ ਗੁਣ ਨੇ ਉਹ ਸਾਰੇ ਕਾਵਿ ਕਲਾ ਦੇ ਵਿੱਚ ਗਾਏ ਨੇ ਔਰ ਗੁਰਬਾਣੀ ਦੇ ਰੂਪ ਵਿੱਚ ਸਿੱਖ ਜਗਤ ਦੀ ਝੋਲੀ ਵਿੱਚ ਪਾਏ ਨੇ, ਕਿਉਂਕਿ ਖਲੀਲ ਜਬਰਾਨ ਕਹਿੰਦਾ ਹੈ ਜੋ ਗੱਲ ਕਵਿਤਾ 'ਚ ਕਹੀ ਜਾ ਸਕਦੀ ਹੈ ਉਹ ਵਾਰਤਕ ਵਿੱਚ ਨਹੀਂ ਕਹੀ। ਕਿਆ ਬਾਤ ਹੈ, ਬਿਲਕੁਲ ਕੋਈ ਦੋ ਰਾਵਾਂ ਨਹੀਂ ਕਿ ਇਹਨੂੰ ਇਹਦਾ ਸਮਝਿਆ ਜਾ ਸਕਦਾ ਕਿ ਮਨੁੱਖੀ ਮਨ ਦੀਆਂ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਹੈ ਉਹ ਕਵੀਸ਼ਰੀ ਦੇ ਰਾਹੀਂ ਬਿਹਤਰ ਕੀਤਾ ਜਾ ਸਕਦਾ। ਪਰ ਇੱਕ ਚੀਜ਼ ਹੈ, ਹਰ ਚੀਜ਼ ਉੱਤੇ ਸਮੇਂ ਦਾ ਪ੍ਰਭਾਵ ਪੈਂਦਾ ਹੈ। ਜਦ ਇਹ ਮਾਲਵੇ ਦੇ ਵਿੱਚ ਪੈਦਾ ਹੋਈ ਉਦੋਂ ਇਹ ਖੁੱਲ੍ਹੇ ਅਖਾੜਿਆਂ 'ਚ ਗਾਈ ਜਾਂਦੀ ਸੀ। ਠੀਕ ਹੈ ਜੀ। ਕਵੀਸ਼ਰਾਂ ਦੇ ਉੱਤੇ ਕੋਈ ਧਾਰਮਿਕ ਬੰਦਿਸ਼ ਨਹੀਂ ਸੀ ਹੁੰਦੀ। ਹੌਲੀ ਹੌਲੀ ਅਖਾੜਿਆਂ 'ਚੋਂ ਨਿਕਲ ਕੇ ਇਹ ਮੰਚ 'ਤੇ ਆਈ, ਮੰਚ ਤੋਂ ਵੀ ਇਹ ਅੱਗੇ ਵਧੀ ਅਤੇ ਪੱਥਰ ਦੇ ਰਿਕਾਰਡਾਂ ਰਾਹੀਂ ਔਰ ਫਿਰ ਕੈਸਟਾਂ ਰਾਹੀਂ ਅੱਜ ਸੋਸ਼ਲ ਮੀਡੀਆ ਰਾਹੀਂ ਇਹ ਲੋਕਾਂ ਦੇ ਦਿਲ ਦੇ ਕਰੀਬ ਆ। ਕਵੀਸ਼ਰੀ ਦਾ ਪਿਛੋਕੜ ਜੋ ਵੀ ਹੋਵੇ, ਭਾਵੇਂ ਕਿੰਨੀ ਵੀ ਪੁਰਾਣੀ ਹੋਵੇ, ਪਰ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਜਦੋਂ ਇਹ ਪੰਥ ਦੇ ਜਾਂ ਕੌਮ ਦੇ ਵਿਹੜੇ ਦੇ ਵਿੱਚ ਆਈ ਇਹਨੂੰ ਉਦੋਂ ਬਹੁਤਾ ਜਾਣਿਆ ਜਾਣ ਲੱਗਾ? ਇਹ ਗੱਲ ਬਿਲਕੁਲ ਠੀਕ ਹੈ। ਪਹਿਲਾਂ ਤਾਂ ਇਹਦੇ ਸ਼ਬਦ ਦੇ ਅਰਥ ਮੈਂ ਤੁਹਾਨੂੰ ਦੱਸਦੇ ਹਾਂ ਜਿਹੜੇ ਵਿਦਵਾਨਾਂ ਕੀਤੇ। ਕਵੀ ਈਸ਼ਵਰ, ਇਹਦਾ ਛੋਟਾ ਸ਼ਬਦ ਹੈ ਕਵੀਸ਼ਰ। ਕਿਆ ਬਾਤ ਹੈ। ਭਾਵ ਉਹ ਕਵੀ ਜਿਹੜਾ ਈਸ਼ਵਰ ਦੀ ਉਪਮਾ ਨੂੰ ਕਵਿਤਾ ਵਿੱਚ ਗਾ ਕੇ ਰਚ ਕੇ ਉਹਦੀ ਉਪਮਾ ਕਰਦਾ, ਯਾਨੀ ਕਿਸੇ ਤੁਰਨਮ ਚ ਕਰਦਾ, ਬਿਲਕੁਲ ਉਹ ਕਵੀ ਈਸ਼ਵਰ ਤੋਂ ਕਵੀਸ਼ਰ ਹੈ। ਠੀਕ ਹੈ। ਔਰ ਇਹਦੀ ਇੱਕ ਵੱਖਰੀ ਲੋਕਪ੍ਰਿਯਾ ਰਹੀ ਹੈ, ਜਿਵੇਂ ਡਾਕਟਰ ਅਜਮੇਰ ਸਿੰਘ ਜੀ ਨੇ ਲਿਖਿਆ ਇਹ ਕਵੀਸ਼ਰੀ ਲੋਕਧਾਰਾ ਹੈ। ਕਵਿਤਾ ਦਾ ਇਹ ਅਸਰ ਹੁੰਦਾ ਵੇਖੋ, ਇੱਕ ਪ੍ਰਮਾਣਿਕ ਤੌਰ 'ਤੇ ਆਪਾਂ ਕਹਿੰਦੇ ਹਾਂ ਵੀ ਜਿਉਣਾ ਮੋੜ ਮਾਲਵੇ 'ਚ ਵਾਪਰੀ ਇੱਕ ਘਟਨਾ ਹੈ, ਉਹਨੂੰ ਇੱਕ ਕਿੱਸਾਕਾਰ ਨੇ ਰੌਚਕਤਾ ਨਾਲ ਲਿਖਿਆ, ਫਿਰ ਕਿਸੇ ਨੇ ਉਹਨੂੰ ਸੁਰੀਲੀ ਆਵਾਜ਼ ਨਾਲ ਗਾਇਆ ਅਤੇ ਉਹ ਲੋਕਾਂ 'ਚ ਇੰਨਾ ਵੱਸ ਗਿਆ, ਜਿਉਣਾ ਮੋੜ ਇੱਕ ਲੋਕ ਗਾਥਾ ਬਣ ਗਿਆ। ਜਦੋਂ ਇਤਿਹਾਸ ਵਿੱਚ ਰੌਚਕਤਾ ਭਰ ਕੇ ਯਾਰ ਉਹ ਹਰੀ ਸਿੰਘ ਵਾਲੀ ਉਹ ਵਾਰ ਸੁਣਾਈ, ਜਦੋਂ ਉਹਨੂੰ ਜ਼ਖਮੀ ਹੁੰਦਾ, ਮਹਾਰਾਜਾ ਰਣਜੀਤ ਸਿੰਘ ਦੀ ਯਾਰ ਮੜੀ ਸੁਣਾਈ, ਮਹਾਰਾਣੀ ਜਿੰਦ ਕੌਰ ਦਾ ਆਖਰੀ ਸਮਾਂ, ਇਹਦਾ ਮਤਲਬ ਵੀ ਲੋਕਾਂ ਦੇ ਦਿਲ ਵਿੱਚ ਉਹ ਪਹਿਲੀ ਚੀਜ਼ ਵੱਸ ਗਈ ਹੈ, ਉਹ ਵਾਰ ਵਾਰ ਉਹਨੂੰ ਸੁਣਨਾ ਚਾਹੁੰਦੇ ਆ, ਯਾਨੀ ਰੌਚਕਤਾ ਭਰਪੂਰ ਗੱਲ ਤੁਹਾਡੀਆਂ ਕਵਿਸ਼ਾਂ ਦੇ ਹਿੱਸੇ ਆਈ। ਭਗੋਲੀ ਸਾਹਿਬ, ਇਸ ਕਥਨ 'ਚ ਕਿੰਨੀ ਕੁ ਸੱਚਾਈ ਹੈ ਕਿ ਅਕਸਰ ਕਿਹਾ ਜਾਂਦਾ ਕਿ ਸ਼ਹਿਰੀ ਸਰੋਤਿਆਂ ਦੇ ਨਾਲੋਂ ਪਿੰਡਾਂ ਦੇ ਸਰੋਤੇ ਇਹਨੂੰ ਜ਼ਿਆਦਾ ਪਸੰਦ ਕਰਦੇ ਨੇ ਔਰ ਪਿੰਡਾਂ ਵਾਲਿਆਂ ਨੇ ਹੀ ਕਵਿਸ਼ਰੀ ਨੂੰ ਜ਼ਿੰਦਾ ਰੱਖਿਆ? ਬਿਲਕੁਲ, ਇਹਦਾ ਕੋਈ ਸ਼ੱਕ ਨਹੀਂ। ਜਿਹੜਾ ਪੇਂਡੂ ਸੱਭਿਆਚਾਰ ਆ ਨਾ, ਬੜਾ ਖੁੱਲ੍ਹਾ ਡੁੱਲਾ ਸੱਭਿਆਚਾਰ, ਆਮ ਤੌਰ 'ਤੇ ਤੁਸੀਂ ਵੇਖੋਗੇ ਜ਼ਿਮੀਂਦਾਰ ਕਿਤੇ ਖੇਤ ਗੇੜਾ ਲਾਉਣ ਚਲੇ ਜਾਏ ਅਤੇ ਚੰਗੀ ਫਸਲ ਹੋਵੇ, ਉਦੋਂ ਸਮਾਂ ਵਧੀਆ ਹੋਵੇ ਅਤੇ ਉਹ ਬੰਨੇ 'ਤੇ ਖਲੋ ਕੇ ਗਾਉਣ ਲੱਗ ਪੈਂਦਾ। ਇਹ ਮਤਲਬ ਉਹਦੇ ਅੰਦਰੋਂ ਉਹਦੇ ਆਪਣੇ ਆਪ ਉਹਦੇ ਕੁਦਰਤ ਨੇ ਇਹ ਭਰਿਆ। ਇਸੇ ਕਰਕੇ ਜਦੋਂ ਉਹ ਫਿਰ ਆਪਣੇ ਦਿਲ ਦੀ ਆਵਾਜ਼ ਨੂੰ ਸੁਣਨਾ ਚਾਹੁੰਦਾ ਅਤੇ ਫਿਰ ਉਹ ਕਵੀਸ਼ਰਾਂ ਤੋਂ ਸੁਣਦਾ, ਢਾਡੀਆਂ ਤੋਂ ਸੁਣਦਾ, ਉਹਦੇ ਅੰਦਰ ਇੱਕ ਕੁਦਰਤੀ ਇਸ ਤਰ੍ਹਾਂ ਦਾ ਮਹਾਰਾਜ ਨੇ ਇੱਕ ਗੁਣ ਭਰਿਆ। ਗੱਲਾਂ ਬਾਤਾਂ ਅਸੀਂ ਇਸੇ ਤਰ੍ਹਾਂ ਹੋਰ ਵੀ ਕਰਾਂਗੇ। ਹੁਣ ਮੈਂ ਚਾਹਾਂਗਾ ਸੰਗਤਾਂ ਦੇ ਨਾਲ ਤੁਸੀਂ ਆਪਣੇ ਇੱਕ ਛੰਦ ਦੀ ਜਾਂ ਕਵਿਤਾ ਦੀ ਸਾਂਝ ਜ਼ਰੂਰ ਪਾਓ। ਜੇ ਮੈਂ ਕਵੀਸ਼ਰ ਹਾਂ ਤਾਂ ਫਿਰ ਇੱਕ ਛੰਦ ਤਾਂ ਹੋਣਾ ਚਾਹੀਦਾ। ਬਿਲਕੁਲ ਜੀ। ਇਸ ਤੋਂ ਪਹਿਲਾਂ ਮੈਂ ਇਹ ਦੱਸਦਿਆਂ, ਤੁਸੀਂ ਛੰਦ ਦਾ ਜ਼ਿਕਰ ਕੀਤਾ ਹੈ, ਇਹ ਸਾਡੀ ਸੰਸਕ੍ਰਿਤ ਦਾ ਬਹੁਤ ਪੁਰਾਣਾ ਸ਼ਬਦ ਹੈ। ਛੰਦ ਦਾ ਅਰਥ ਹੈ ਗਹਿਣਾ। ਠੀਕ ਹੈ ਜੀ। ਅਤੇ ਕਵੀਸ਼ਰੀ ਦਾ ਵਿਧੀ ਵਿਧਾਨ ਹੈ ਪਿੰਗਲ। ਪਿੰਗਲ ਸਾਡੇ ਦੇਸ਼ ਦਾ ਇੱਕ ਆਚਾਰੀਆ ਹੋਇਆ, ਯਾਨੀ ਈਸਵੀ ਸੰਨ ਤੋਂ 200-300 ਸਾਲ ਪਹਿਲਾਂ, ਜਿਹਨੂੰ ਆਪਾਂ ਪੂਰਵ ਈਸਵੀ ਕਹਿੰਦੇ ਹਾਂ। ਠੀਕ ਹੈ ਜੀ, ਈਸਾ ਪੂਰਵ। ਹਾਂ, ਉਹਨੇ ਇਹ ਪਿੰਗਲ ਦੀ ਜਿਹੜੀ ਕਾਢ ਕੱਢੀ ਹੈ ਭਾਰਤ ਵਿੱਚ ਹੀ, ਭਾਰਤ ਵਿੱਚ। ਪਿੰਗਲ ਇੱਕ ਮਹਾਭਾਰਤ ਵਿੱਚ, ਭਾਰਤ ਦੀ ਸੰਸਕ੍ਰਿਤ ਬਹੁਤ ਗਹਿਰੀ ਹੈ, ਕੋਈ ਦੋ ਰਾਵ, ਬਹੁਤ ਗਹਿਰੀ।
ਤੋ ਮੈਂ ਤੁਹਾਨੂੰ ਮਤਲਬ ਇੱਕ ਦੋ ਚੀਜ਼ਾਂ ਆਪਣੀਆਂ ਲਿਖੀਆਂ ਜ਼ਰੂਰ ਸੁਣਾਵਾਂਗਾ। ਜ਼ਰੂਰ ਮੇਰੇ ਸਾਥੀ ਆਏ ਨੇ। ਇੱਕ ਸਾਡੇ ਸਭ ਤੋਂ ਪਹਿਲਾਂ ਹੁੰਦੀ ਹੈ ਵੀ ਜਿਵੇਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਨਾ, ਉਹ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਨਾਮ ਲੈਂਦਾ, ਭਾਵੇਂ ਕੋਈ ਸਵੇਰੇ ਦੁਕਾਨ ਖੋਲ੍ਹੇ, ਭਾਵੇਂ ਕੋਈ ਆਪਣੀ ਸਰਵਿਸ 'ਤੇ ਜਾਵੇ। ਇਸੇ ਤਰ੍ਹਾਂ ਕਵੀਸ਼ਰ ਹੈ, ਜਦੋਂ ਉਹ ਅਖਾੜਾ ਸ਼ੁਰੂ ਕਰਦਾ ਅਤੇ ਉਹ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਕਿਉਂਕਿ ਲਫ਼ਜ਼ ਹੁੰਦੇ ਆ, ਜੇ ਤਿਲਕ ਜਾਣ 'ਤੇ ਪਤਾ ਨਹੀਂ ਇੱਕ ਹੀ ਲਫ਼ਜ਼ ਨਿਕਲ ਜਾਏ ਤਾਂ ਉਹ ਮਤਲਬ ਸਾਰਾ ਪ੍ਰਭਾਵ ਖਤਮ ਕਰਦੇ ਆ, ਹੈ ਨਹੀਂ। ਇਸ ਕਰਕੇ ਉਹ ਪਰਮੇਸ਼ਰ ਤੋਂ ਡਰਦਾ, ਸਭ ਤੋਂ ਪਹਿਲਾਂ ਪਰਮੇਸ਼ਰ ਦੇ ਚਰਨਾਂ 'ਚ ਵੰਦਨਾ ਕਰਦਾ ਵੀ ਮੇਰੀ ਇਲਾਜ ਰੱਖੀ। ਵੰਦਨਾ ਦੇ ਚਾਰ ਸ਼ਬਦ ਆਪਾਂ ਕਹਿ ਲੈਂਦੇ ਜੀ, ਬਿਲਕੁਲ। ਹਮਰੀ ਗਣਤ ਨਾ ਗਣੀਆ ਕਾਹੀ ਆਪਣਾ ਬਿਰਧ ਪਛਾਣ, ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਣ, ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪੈ ਜ ਰਾਖੀ ਨਾਨਕ ਸਦ ਕੁਰਬਾਨ। ਸ੍ਰਿਸ਼ਟੀ ਦੇ ਮਾਲਕ ਨੂੰ ਦੋਵੇਂ ਹੱਥ ਬਨ ਸੀਸ ਚੁਕਾਵਾਂ, ਜਸ ਸਭਾ ਚ ਕਰਨੇ ਲਈ ਤੇਰੀ ਓਟ ਮਾਲਕਾ ਚਾਵਾਂ। ਸੱਚ ਕਿਹਾ ਸਿਆਣਿਆਂ ਨੇ ਬੇੜੇ ਬਿਨਾਂ ਮਲਾ ਨਹੀਂ ਤਰਦੇ, ਸਤਿਗੁਰ ਜੀ ਮੇਰ ਕਰੋ ਅਰਜਾ ਸ਼ੈਰ ਤੁਸਾਂ ਦਰ ਕਰਦੇ। ਸ੍ਰਿਸ਼ਟੋ ਪਾ ਪਿਖਿਆ ਲਫ਼ਜ਼ਾਂ ਦੀ ਲਿਖੀਏ ਪਿਆਰ ਤੇਰੇ ਦੀ ਡੈਰੀ, ਤੇਰੀ ਦੁਨੀਆ ਵਸਦੀ ਰਹੇ ਜਿਉਂਦੀ ਰਹੇ ਜਗਤ ਮੇ ਸ਼ੈਰੀ। ਮਣ ਖੜੇ ਸਵਾਲੀ ਜੋ ਭਾਗੋ ਵਾਲੀ ਤੇਰੇ ਦਰ ਦੇ, ਸਤਿਗੁਰ ਜੀ ਮੇਰ ਕਰੋ ਅਰਜਾ ਸ਼ੈਰ ਤੁਸਾਂ ਦਰ ਕਰਦੇ। ਕਿਆ ਬਾਤ ਹੈ ਭਾਗੋਲੀ ਸਾਹਿਬ, ਬਹੁਤ ਵਧੀਆ, ਬੜਾ ਆਨੰਦ ਆਇਆ। ਕਿੰਨਾ ਸਾਨੂੰ ਵੀ ਬੜਾ ਆਨੰਦ ਆਇਆ ਮਹਾਰਾਜ ਜੀ, ਬਿਲਕੁਲ, ਬੜੇ ਖੂਬਸੂਰਤ ਤਰੀਕੇ ਨਾਲ ਤੁਹਾਡੇ ਸਾਥੀਆਂ ਨੇ ਇਹਨੂੰ ਬਿਆਨ ਕੀਤਾ। ਪੰਥ ਦੇ ਪ੍ਰਚਾਰ ਦੇ ਖੇਤਰ ਭਾਵੇਂ ਹੋਰ ਵੀ ਬਥੇਰੇ ਨੇ, ਸਾਡੇ ਸਤਿਕਾਰਯੋਗ ਰਾਗੀ ਸਾਹਿਬਾਨ ਨੇ, ਹਾਂਜੀ ਹਾਂਜੀ, ਢਾਡੀ ਸਾਹਿਬਾਨ ਨੇ, ਪ੍ਰਚਾਰਕ ਸਾਹਿਬਾਨ ਨੇ। ਕਵੀਸ਼ਰੀ ਨੂੰ ਤੁਸੀਂ ਕਿਵੇਂ ਭਿੰਨ ਮੰਨਦੇ ਹੋ ਜਾਂ ਕਿਵੇਂ ਵੱਖਰੀ ਹੈ, ਇਹਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਤੁਸੀਂ? ਵੇਖੋ, ਕੋਈ ਵੀ ਧਰਮ ਉਹਦਾ ਫਲਸਫਾ ਕਿੰਨਾ ਵੀ ਮਕਬੂਲ, ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ, ਜੇ ਉਹਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ ਨਹੀਂ ਜਾਂਦਾ ਤਾਂ ਉਹ ਸੀਮਿਤ ਹੱਦਾਂ ਤੱਕ ਸਿਮਟ ਕੇ ਰਹਿ ਜਾਂਦਾ। ਹਰ ਚੀਜ਼ ਨੂੰ ਪ੍ਰਚਾਰ ਜਿਹੜਾ ਉਹ ਅੱਗੇ ਵਧਾਉਂਦਾ। ਰਾਗੀ ਸਿੰਘ ਜਿਹੜੇ ਨੇ ਉਹ ਆਪਣੀ ਜਗ੍ਹਾ 'ਤੇ ਆਪਣਾ ਰੋਲ ਵਧੀਆ ਨਿਭਾ ਰਹੇ ਨੇ, ਲੇਕਿਨ ਜਿਹੜੇ ਢਾਡੀ ਅਤੇ ਕਵੀਸ਼ਰ ਨੇ ਇਹਨਾਂ ਦਾ ਮਾਰਗ ਕਠਿਨ ਹੈ। ਤੁਸੀਂ ਪੁੱਛੋਗੇ ਕਿਵੇਂ? ਜੀ ਬਿਲਕੁਲ, ਵੇਖੋ, ਸਾਡੇ ਸਤਿਗੁਰਾਂ ਨੇ ਗੁਰਬਾਣੀ ਦੇ ਰੂਪ ਵਿੱਚ ਅੰਮ੍ਰਿਤ ਰੂਪੀ ਖਜ਼ਾਨਾ ਪਰਮੇਸ਼ਰ ਦੇ ਘਰੋਂ ਲਿਆ ਕੇ ਉਹਨੂੰ ਰਾਗਬੰਦ ਕਰਕੇ ਨਾਲ ਸੁਰ ਤਾਲ ਘਰ ਸਾਰਾ ਨਿਸ਼ਚਿਤ ਕਰਕੇ ਰਾਗੀ ਦੇ ਸਾਹਮਣੇ ਉਹਨੂੰ ਇੱਕ ਸਮੱਗਰੀ ਦੇ ਦਿੱਤੀ ਹੈ। ਬਿਲਕੁਲ ਜੀ, ਬਿਲਕੁਲ, ਵੀ ਇਹਨੂੰ ਇਸ ਢੰਗ ਨਾਲ ਗਾਉਣਾ, ਇਸ ਵਕਤ ਗਾਉਣਾ। ਹੁਣ ਰਾਗੀ ਦੀ ਜ਼ਿੰਮੇਵਾਰੀ ਕੀ ਹੈ? ਉਹਨੇ ਇੱਕ ਤਾਂ ਸਾਜ਼ ਅਤੇ ਰਾਗ ਦੀ ਸਿੱਖਿਆ ਲੈਣੀ, ਦੂਜਾ ਉਹਦੀ ਆਵਾਜ਼ ਵਿੱਚ ਦਮ ਹੋਣਾ ਚਾਹੀਦਾ, ਜਿਹੜੀ ਸਤਿਗੁਰਾਂ ਨੇ ਪਹਿਲਾਂ ਹੀ ਸਮੱਗਰੀ ਉਹਦੇ ਵਾਸਤੇ ਹੈ, ਉਹਦੇ ਵਿੱਚੋਂ ਉਹਨੇ ਅਗਲਾ ਖਜ਼ਾਨਾ ਲੋਕਾਂ ਨੂੰ ਵੰਡਣਾ ਹੁੰਦਾ। ਉਹਦੇ ਉੱਤੇ ਕਿੰਤੂ ਪਰੰਤੂ ਵੀ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਗਾਈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਗਾਈਆਂ, ਕਿਸੇ ਨੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ। ਬਿਲਕੁਲ, ਸਿੱਖ ਇਤਿਹਾਸ ਕੀ ਹੈ? ਇਹਦੇ ਉੱਤੇ ਕਿਸੇ ਵੀ ਵਿਦਵਾਨ ਦੀ ਦੂਜੇ ਵਿਦਵਾਨ ਨਾਲ ਰਾਏ ਨਹੀਂ ਮਿਲਦੀ, ਇੱਕ ਘਟਨਾ ਪ੍ਰਤੀ ਵਿਦਵਾਨਾਂ ਦੀਆਂ ਵੱਖ ਵੱਖ ਰਾਏ ਨੇ। ਇਹ ਸਭ ਤੋਂ ਵੱਡੀ ਮੁਸ਼ਕਿਲ ਬੁਲਾਰੇ ਵਾਸਤੇ ਇਹ ਆਉਂਦੀ ਹੈ, ਉਹ ਹਮੇਸ਼ਾ ਡਰਦਾ ਡਰਦਾ ਬੋਲਦਾ ਵੀ ਜੇ ਮੈਂ ਇਹ ਜ਼ਿਕਰ ਕੀਤਾ ਤਾਂ ਦੂਜੇ ਪੱਖ ਵਾਲੇ ਨਾਲ ਨਾਰਾਜ਼ ਹੋ ਜਾਣ। ਤਦ ਇਹਦੇ ਨਾਲ ਹੋਰ ਵੀ ਬਹੁਤ ਸਾਰੇ, ਪਰ ਉਹ ਹੇਠ ਵਾਲੇ ਜਿਹੜੇ ਹਵਾਲੇ ਉਹਦੇ ਕਿਸੇ ਨੇ ਪੜ੍ਹੇ ਨਹੀਂ, ਪੜ੍ਹਦੇ ਨਹੀਂ, ਤਾਂ ਸਾਰੇ ਕਹਿਣ ਲੱਗੇ ਜੀ ਸ਼ੀਤਲ ਦੀ ਸ਼ਰਧਾ ਹੈ ਨਹੀਂ, ਹੈ ਨਹੀਂ, ਮਤਲਬ ਇਹ ਚੀਜ਼ ਆ। ਮਤਲਬ ਇਸ ਕਰਕੇ ਇੱਕ ਹੀ ਪੁਆਇੰਟ 'ਤੇ ਵਿਦਵਾਨਾਂ ਦੀਆਂ ਵੱਖ ਵੱਖ ਰਾਏ ਹੁੰਦੀਆਂ। ਢਾਡੀ ਕਵੀਸ਼ਰ ਦੇ ਸਾਹਮਣੇ ਸਭ ਤੋਂ ਵੱਡਾ ਮਸਲਾ ਇਹ ਆਉਂਦਾ, ਫਿਰ ਉਹ ਸਾਰਿਆਂ ਨੂੰ ਪੜ੍ਹਦਾ,
ਉਹਨਾਂ ਵਿੱਚੋਂ ਫਿਰ ਇੱਕ ਰਾਏ ਤਿਆਰ ਕਰਦਾ ਵੀ ਜਿਹਦੇ ਉੱਤੇ ਕਿੰਤੂ ਪਰੰਤੂ ਨਾ ਹੋਵੇ, ਯਾਨੀ ਉਹਨੂੰ ਸਮੱਗਰੀ ਵੀ ਇੱਕ ਕਿਸਮ ਦੀ ਆਪ ਹੀ ਤਿਆਰ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਰੌਚਕਤਾ ਕਿ ਉਹਦੇ ਵਿੱਚ ਉਹ ਕਿਸ ਢੰਗ ਨਾਲ ਰਸ ਭਰ ਸਕਦਾ। ਜੇ ਉਹਨੇ ਜੰਗ ਦਾ ਵਰਣਨ ਕਰਨਾ ਹੈ ਤਾਂ ਕੁਦਰਤੀ ਉਹਨੂੰ ਫਿਰ ਉਸ ਜੰਗ ਦੇ ਵਿੱਚ ਉਹਨਾਂ ਸੂਰਮਿਆਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪੈਣਾ। ਬਿਲਕੁਲ ਬਿਲਕੁਲ, ਫਿਰ ਉਹ ਜੰਗ ਦਾ ਜਿਹੜਾ ਸੀਨ ਸਾਹਮਣੇ ਸਾਡੇ ਆਏਗਾ। ਜੇ ਉਹ ਵਿਰਾਗ ਰਸ ਪੇਸ਼ ਕਰਦਾ ਹੈ ਅਤੇ ਫਿਰ ਵਿਰਾਗ ਰਸ ਕੀ ਹੋਇਆ ਜੇ ਫਿਰ ਸੁਣਨ ਵਾਲਿਆਂ ਦੀਆਂ ਅੱਖਾਂ ਵਿੱਚੋਂ ਹੰਝੂ ਨਾ ਕਢਾ ਦੇ। ਸੁਭਾ ਗੋਲੀ ਸਾਹਿਬ, ਇਹਦੇ ਵਿੱਚ ਵੀ ਕੋਈ ਦੋ ਰਾਵਾ ਨਹੀਂ ਹੈ ਕਿ ਕਵੀਸ਼ਰੀ ਵਾਕਿਆ ਹੀ ਪੰਜਾਬ ਦੀ ਇੱਕ ਸ਼ਾਨਾਮਤੀ ਪਰੰਪਰਾ। ਜੇ ਸ਼ਾਨਾਮਤੀ ਇਹ ਪਰੰਪਰਾ ਹੁਣ ਤੱਕ ਵਿੱਦਿਅਕ ਅਦਾਰਿਆਂ ਨੇ, ਸਰਕਾਰਾਂ ਨੇ ਜਾਂ ਯੂਨੀਵਰਸਿਟੀਆਂ ਨੇ ਇਸ ਪਰੰਪਰਾ ਨੂੰ ਉਭਾਰਨ ਦੇ ਲਈ, ਇਹਨੂੰ ਹੋਰ ਅਗਾਂਹ ਲਾ, ਇਹਦੀ ਅਮੀਰੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕੀ ਕੀਤਾ ਜਾਂ ਕੀ ਆਸ ਰੱਖਦੇ ਹੋ ਤੁਸੀਂ? ਇਸ ਤੋਂ ਕਵੀਸ਼ਰੀ ਦਾ ਪੱਖ ਕਮਜ਼ੋਰ ਹੀ ਰਿਹਾ। ਠੀਕ, ਸਰਕਾਰਾਂ ਨੂੰ ਜਿੰਨਾ ਯਤਨ ਕਰਨਾ ਚਾਹੀਦਾ ਸੀ, ਕਿਉਂਕਿ ਇਹ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਹੈ। ਕਿਸੇ ਦੇਸ਼ ਦੀ ਤਰੱਕੀ ਵਿੱਚ ਉਸ ਦੇਸ਼ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਵੀ ਇੱਕ ਹਿੱਸਾ ਹੁੰਦਾ। ਥੋੜ੍ਹਾ ਜਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪਾਸੇ ਯਤਨ ਕੀਤੇ ਨੇ। ਇੱਕ ਤਾਂ ਉਹਨਾਂ ਨੇ ਅੰਮ੍ਰਿਤਸਰ ਗਿਆਨੀ ਸੋਹਣ ਸਿੰਘ ਸੀਤਲ ਦੀ ਯਾਦ 'ਚ ਢਾਡੀ ਔਰ ਕਵੀਸ਼ਰ ਕਾਲਜ ਬਣਾਇਆ, ਜਿਹਦਾ 3 ਸਾਲ ਦਾ ਕੋਰਸ ਰੱਖਿਆ। ਠੀਕ ਹੈ, ਉੱਥੇ ਬੱਚੇ ਸਿਖਲਾਈ ਲੈ ਰਹੇ ਨੇ। ਉਹ 3 ਸਾਲ ਤੋਂ ਬਾਅਦ ਮੰਚ 'ਤੇ ਆ ਕੇ ਕਹਿ ਸਕਣਗੇ ਵੀ ਅਸੀਂ ਬਕਾਇਦਾ ਤੌਰ 'ਤੇ ਸਿਖਲਾਈ ਲੈ ਕੇ ਅਤੇ ਫਿਰ ਇਸ ਖੇਤਰ ਵਿੱਚ ਆਏ ਹਾਂ ਅੱਗੇ ਵੱਧ। ਅੱਛਾ ਜੀ, ਅਵੇਸਲਾਪਣ ਆਇਆ ਸਾਡੇ ਅਦਾਰਿਆਂ ਦੇ ਵਿੱਚ ਜਾਂ ਸਰਕਾਰਾਂ ਦੇ ਵਿੱਚ, ਕਾਰਨ ਕੀ ਮੰਨਦੇ ਹੋ ਤੁਸੀਂ? ਕਿਉਂ ਉਦਾਸੀਨਤਾ ਦਿਖਾਈ ਜਾਂਦੀ ਹੈ? ਇਹਦੇ ਵਿੱਚ ਕਈ ਕਾਰਨ ਨੇ। ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਇੱਦਾਂ ਦੇ ਬੰਦੇ ਹੁੰਦੇ ਆ ਕੁਰਸੀਆਂ 'ਤੇ ਬੈਠੇ ਜਿਹੜੇ ਸਾਹਿਤਕ ਪ੍ਰੇਮੀ ਹੁੰਦੇ ਆ। ਬਿਲਕੁਲ, ਜਿਹੜੀ ਅੱਗੇ ਅਫਸਰਸ਼ਾਹੀ ਹੈ ਉਹਨਾਂ ਵਿੱਚ 99% ਉਹ ਹੁੰਦੇ ਨੇ ਜਿਹੜੇ ਆਪਣੇ ਸਰਵਿਸ ਤੱਕ ਸੀਮਤ ਜਾਂ ਆਪਣੇ ਲੀਡਰਾਂ ਨਾਲ ਮੇਲ ਮਿਲਾਪ ਕਰਕੇ ਆਪਣੀ ਸਰਵਿਸ ਦੇ ਦੁਆਲੇ ਉਹ ਘੁੰਮਦੇ ਰਹਿੰਦੇ ਨੇ, ਉਹਨਾਂ ਵਿੱਚ ਵੀ ਸਾਹਿਤਕ ਪ੍ਰੇਮੀ ਨਹੀਂ ਹੁੰਦੇ। ਅਤੇ ਸਰਕਾਰਾਂ ਦੀਆਂ ਨੀਤੀਆਂ ਨੂੰ ਅੱਗੇ ਜਿਹੜੇ ਉਹਨਾਂ ਦੇ ਅਧਿਕਾਰੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣਾ ਹੁੰਦਾ। ਲੋਕ ਸੰਪਰਕ ਵਿਭਾਗ ਮਹਿਕਮਾ ਇਸੇ ਵਾਸਤੇ ਬਣਾਇਆ ਸੀ। ਸਾਡਾ ਕਿੰਨਾ ਮਾਣ ਵਧਿਆ ਵੀ ਕਵੀਸ਼ਰੀ ਨੂੰ ਸਕਰੀਨ ਦੇ ਰਾਹੀਂ ਲੋਕਾਂ ਦੇ ਚੇਤਿਆਂ 'ਚ ਵਸਾਇਆ ਜਾਏਗਾ ਔਰ ਹਜ਼ਾਰਾਂ ਨਹੀਂ ਲੱਖਾਂ ਲੋਕ ਇਹਨੂੰ ਵੇਖ ਕੇ ਜਾਣਨ ਲੱਗਣਗੇ ਵੀ ਇਹ ਵੀ ਕੋਈ ਚੀਜ਼ ਹੈ। ਬਿਲਕੁਲ। ਅੱਛਾ ਭਗੋਲੀ ਸਾਹਿਬ, ਇੱਥੇ ਇੱਕ ਬੜੀ ਰੋਚਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਤੁਹਾਡੀ ਇੱਕ ਲਿਖੀ ਹੋਈ ਕਵਿਤਾ ਹੈ ਧੰਨ ਜਿਗਰਾ ਕਲਗੀਆਂ ਵਾਲੇ ਦਾ, ਚਾਰ ਧਰਮ ਤੋਂ ਵਾਰ ਗਿਆ। ਪਤਾ ਨਹੀਂ ਕਿੰਨੀ ਕੁ ਦੁਨੀਆ ਨੇ ਸੁਣੀ ਹੋਵੇਗੀ। ਹਰੇਕ ਬੁਲਾਰਾ ਸਟੇਜ ਦੇ ਉੱਪਰ ਇਹਦਾ ਜ਼ਿਕਰ ਕਰਦਾ, ਬੱਚਿਆਂ ਦੇ ਮੁਕਾਬਲੇ ਹੁੰਦੇ ਨੇ, ਛੋਟੇ ਛੋਟੇ ਬੱਚਿਆਂ ਤੱਕ ਨੂੰ ਇਹ ਕਵਿਤਾ ਜਿਹੜੀ ਯਾਦ ਹੈ। ਔਰ ਮੈਂ ਚਾਹੁੰਦਾ ਕਿ ਤੁਸੀਂ ਇਹਦੀ ਸਾਂਝ ਸੰਗਤ ਦੇ ਨਾਲ ਜ਼ਰੂਰ ਪਾਓ। ਇਹ ਕਵਿਤਾ 2000 ਈਸਵੀ ਦੇ ਵਿੱਚ ਰਚੀ ਸੀ, ਪਰ ਮੈਨੂੰ ਉਦੋਂ ਖੁਦ ਹੀ ਨਹੀਂ ਸੀ ਪਤਾ ਵੀ ਇੰਨੀ ਮਕਬੂਲ ਹੋ ਜਾਏਗੀ। ਮੈਂ ਪੂਰੀ ਕਿਤਾਬ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ 'ਤੇ ਪੜ੍ਹੀ। ਉਹ ਕਿਤਾਬ ਦੇ ਵਿੱਚੋਂ ਜਿਹੜਾ ਨਿਚੋੜ ਸੀ ਉਹ ਇਹ ਕਵਿਤਾ ਸੀ। ਜਿਵੇਂ ਜਿਵੇਂ ਉਸ ਰਾਈਟਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਨੂੰ ਲਿਖਿਆ, ਉਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਚੋਝਾਂ ਨੂੰ ਮੈਂ ਕਵਿਤਾ 'ਚ ਪਰੋਤਾ ਔਰ ਵੱਡੇ ਵੱਡੇ ਸਟਾਰਾਂ ਨੇ ਇਹਨੂੰ ਗਾਤਾ ਅਤੇ ਇਹ ਕਵਿਤਾ ਫਿਰ ਲੋਕ ਇੱਕ ਚਿੰਤਨ ਦਾ ਹਿੱਸਾ ਬਣ ਗਈ। ਜ਼ਰੂਰ ਸਾਂਝ ਪਾਓ, ਜ਼ਰੂਰ ਇਹ ਕਵਿਤਾ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਪੇਸ਼ ਕਰਨ ਜਾ ਰਿਹਾ ਹੈ ਦਾਸ ਦਾ ਕਵੀਸ਼ਰ ਜਥਾ। ਦਾਸ ਦੀ ਕਲਮ ਦੀ ਲਿਖੀ ਹੋਈ ਉਹ ਲਾਜਵਾਬ ਰਚਨਾ ਜਿਸ ਨੂੰ ਪੂਰੇ ਸੰਸਾਰ ਵਿੱਚ ਬੇਅਦ ਮੁਹੱਬਤ ਮਿਲੀ ਹੈ ਔਰ ਪੂਰੇ ਸੰਸਾਰ ਦੀ ਇਸ ਕਵਿਤਾ ਨੇ ਯਾਤਰਾ ਕੀਤੀ ਹੈ। ਤੁਸੀਂ ਬਹੁਤ ਵਾਰੀ ਪਹਿਲਾਂ ਵੀ ਸੁਣੀ ਹੈ, ਇੱਕ ਵਾਰੀ ਫਿਰ ਦੁਬਾਰਾ ਸਰਵਣ ਕਰੋ। ਧੰਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਵਾਰ ਗਿਆ। ਮਾਂ ਗੁਜਰੀ ਕਰਮਾਂ ਵਾਲੀ ਏ, ਜਿਸ ਮਰਦ ਸੂਰਮਾ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ। ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ, ਤਨ ਜਿਗਰਾ ਕਲਗੀਆਂ ਵਾਲੇ ਦਾ, ਪੁੱਤ ਚਾਰ ਧਰਮ ਤੋਂ ਬਾਹਰ ਗਿਆ। ਸਦਰਾਂ ਦੇ ਬਾਗ ਬਗੀਚੇ ਜੋ ਬਿਨ ਕਦਰਾਂ ਤੋਂ ਮਰ ਜਾ ਗਏ ਸੀ, ਲੈ ਆਇਆ
ਦੀਆਂ ਕਿਰਨਾਂ ਨੂਰ ਦੀਆਂ ਫੁੱਲਾਂ ਤੇ ਜੋਬਨ ਛਾ ਗਏ ਸੀ। ਜੋਗਾ ਸਿੰਘ ਭਾਗੋ ਵਾਲੀਏ ਕਈ ਜੋਗਾ ਸਿੰਘ ਭਾਗੋ ਵਾਲੀਏ ਕਈ ਕਰ ਭਵ ਸਾਗਰ ਚੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ। ਕਿਆ ਬਾਤ ਹੈ, ਵਾਕਈ ਇਹ ਬੜੀ ਖੂਬਸੂਰਤ ਹੈ, ਇਹਦੇ ਅਲਫਾਜ਼ ਬੜੇ ਕਮਾਲ ਦੇ ਨੇ, ਇਹਦੇ ਉੱਪਰ ਤੁਸੀਂ ਕਾਫੀ ਮਿਹਨਤ ਕੀਤੀ ਹੋਈ ਲੱਗਦੀ ਹੈ। ਅਗਲਾ ਸਵਾਲ ਮੇਰਾ ਭਗਵਾਲੀ ਸਾਹਿਬ ਇਹ ਹੈ ਕਿ ਜਦੋਂ ਇੱਕ ਕਵੀਸ਼ਰ ਨੂੰ ਕਵਿਤਾ ਫੁਰਦੀ ਹੈ ਜਾਂ ਕਵਿਤਾ ਆਉਂਦੀ ਹੈ ਜਾਂ ਇਲਹਾਮ ਹੁੰਦਾ ਕਹਿ ਲਓ, ਕੀ ਉਹ ਕੋਈ ਵੱਖਰਾ ਸਮਾਂ ਹੁੰਦਾ ਕਿ ਕਦੀ ਵੀ ਹੋ ਜਾਂਦਾ ਇੱਦਾਂ? ਨਹੀਂ, ਕਵਿਤਾ ਜਿਹੜੀ ਉਹ ਦਿਮਾਗ 'ਤੇ ਜ਼ੋਰ ਪਾ ਕੇ ਨਹੀਂ ਲਿਖੀ ਜਾਂਦੀ। ਕਈ ਵਾਰੀ ਮਜਬੂਰੀ ਬਸ ਹੁੰਦਾ ਵਾ ਵੀ ਜਿਵੇਂ ਕੋਈ ਕਹਿ ਦਿੰਦੇ ਵੀ ਫਲਾਣਾ ਪ੍ਰਸੰਗ ਸੁਣਾਓ, ਉੱਥੇ ਫਿਰ ਲਿਖੀ ਜਾਂਦੀ ਹੈ। ਪਰ ਉਹ ਜੋ ਰਸ ਆਪਣੇ ਆਪ ਜਿਹਨ ਦੇ ਵਿੱਚੋਂ ਜਿਵੇਂ ਆਪ ਚੀਜ਼ ਉੱਡਦੀ ਹੈ ਅਤੇ ਕੁਦਰਤੀ ਲਿਖਾ ਲੈਂਦੀ ਹੈ ਕਵੀ ਦੇ ਉੱਤੇ ਕਿਰਪਾ ਕਰਕੇ, ਅਤੇ ਉਹ ਕਵਿਤਾ ਦਾ ਰਸ ਹੋਰ ਹੁੰਦਾ ਹੈ। ਅਤੇ ਬਾਕੀ ਜਿਹੜੀ ਦੂਸਰੀ ਆਪ ਅਸੀਂ ਖੁਦ ਬਹਿ ਕੇ ਲਿਖਦੇ ਹਾਂ ਵੀ ਅੱਜ ਆਹ ਲਿਖਣਾ, ਉਹ ਚੀਜ਼ ਹੋਰ ਹੁੰਦੀ ਹੈ ਜੀ। ਹੁਣ ਤੱਕ ਸੰਗਤਾਂ ਨੇ ਬਹੁਤ ਸਨਮਾਨ ਆਪ ਜੀ ਦੀ ਝੋਲੀ ਪਾਏ ਨੇ, ਔਰ ਮੈਂ ਚਾਹਾਂਗਾ ਤੁਸੀਂ ਆਪ ਖੁਦ ਦੱਸੋ ਕਿ ਕਿਹੜੇ ਕਿਹੜੇ ਸਨਮਾਨਾਂ ਦੇ ਨਾਲ ਆਪ ਜੀ ਨੂੰ ਨਿਵਾਜਿਆ ਗਿਆ, ਸਰਕਾਰਾਂ ਵੱਲੋਂ, ਸੰਸਥਾਵਾਂ ਵੱਲੋਂ, ਸੰਗਤਾਂ ਵੱਲੋਂ? ਦੇਖੋ, ਇਸ ਪੱਖੋਂ ਮੈਂ ਤਾਂ ਕਈ ਵਾਰੀ ਖੁਦ ਵੀ ਹੈਰਾਨ ਹੋ ਜਾਂਦਾ ਵੀ ਏਡੇ ਏਡੇ ਵੱਡੇ ਕਵੀਸ਼ਰ ਮੇਰੇ ਤੋਂ ਪਹਿਲਾਂ 20-20 ਸਾਲ ਜਿਨ੍ਹਾਂ ਨੂੰ ਇਸ ਖੇਤਰ ਵਿੱਚ ਆਇਆਂ ਨੂੰ ਹੋ ਗਿਆ। ਪਰ ਮਾਣ ਸਨਮਾਨ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ, ਸੰਗਤਾਂ ਦਾ ਪਿਆਰ, 2004 ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 400 ਸਾਲਾ, ਉੱਤੇ 3 ਕਵੀਸ਼ਰ ਉਹਨਾਂ ਸਨਮਾਨਿਤ ਕੀਤੇ ਸੀ, ਉਹਦੇ 'ਚ ਜੋਗੀ ਸਾਹਿਬ ਸੀ ਔਰ ਦਾਸ ਦਾ ਵੀ ਜਥਾ ਸੀ। ਜੋਗੀ ਸਾਹਿਬ ਨੂੰ ਉਸ ਵਕਤ ਤੱਕ 50 ਸਾਲ ਹੋ ਗਏ ਸੀ। ਇਸ ਤਰ੍ਹਾਂ ਪਤਾ ਨਹੀਂ ਅਣਗਿਣਤ, ਅਤੇ ਸਭ ਤੋਂ ਵੱਡਾ ਮਾਣ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਕਾਰ ਸੇਵਾ ਸੰਪਰਦਾ ਸਰਾਈ ਸਰਾਲੀ ਕਲਾਂ, ਉਹਨਾਂ ਨੇ ਗਿਆਨੀ ਕੁਲਵੰਤ ਸਿੰਘ BA ਦਾ ਅਵਾਰਡ ਸੋਨੇ ਦਾ ਇੱਕ ਮੈਡਲ ਦੇ ਕੇ ਸਾਨੂੰ ਸਨਮਾਨਿਤ ਕੀਤਾ, ਅਤੇ ਵੈਸੇ ਇਹ ਸਭ ਤੋਂ ਵੱਡਾ ਮੈਡਲ ਹੁੰਦਾ ਵਾ ਸਰੋਤਿਆਂ ਦਾ। ਸ਼ਤਾਬਦੀ ਸਮਾਗਮ ਆ ਰਹੇ ਨੇ, ਸ਼ਤਾਬਦੀ ਸਮਾਗਮਾਂ ਦੇ ਵਿੱਚ ਕਵਿਸ਼ਰੀ ਨੂੰ ਪ੍ਰਮੋਟ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਕੀ ਕੀਤਾ ਜਾ ਰਿਹਾ? ਉਹਦੇ ਵਿੱਚ ਸਰਦਾਰ ਰੂਪ ਸਿੰਘ ਜੀ ਚੀਫ ਸਕੱਤਰ, ਸਰਦਾਰ ਬਲਵਿੰਦਰ ਸਿੰਘ ਜੀ ਜੋੜਾ ਸਿੰਘ ਅਤੇ ਹੋਰ ਜਿੰਨੇ ਵੀ ਵਿਦਵਾਨ ਲੋਕ ਨੇ, ਉਹਨਾਂ ਨੇ ਕਵਿਸ਼ਰੀ ਅਤੇ ਢਾਡੀ ਕਲਾ ਨੂੰ ਪ੍ਰਫੁੱਲਤ ਕਰਨ ਵਾਸਤੇ ਸਕੂਲਾਂ ਕਾਲਜਾਂ ਦੇ ਵਿੱਚ ਮੁਕਾਬਲੇ ਕਰਾਉਣ ਵਾਸਤੇ ਇੱਕ ਕਮੇਟੀ ਬਣਾਈ ਹੈ। ਉਹਦੇ ਕਮੇਟੀ ਵਿੱਚ ਮੈਂ ਵੀ ਸ਼ਾਮਿਲ ਹਾਂ। ਉਹਦੇ ਵਿੱਚ ਅਸੀਂ ਸਕੂਲਾਂ ਦੇ ਮੁਕਾਬਲੇ ਕਰਾਉਣੇ ਨੇ ਬੱਚਿਆਂ ਦੇ ਕਵੀਸ਼ਰੀ, ਉਹਨੂੰ ਪੰਜਾਬ ਨੂੰ 3 ਹਿੱਸਿਆਂ 'ਚ ਵੰਡਿਆ, ਮਾਝਾ, ਮਾਲਵਾ, ਦੁਆਬਾ ਜ਼ੋਨ। ਜਿਹੜਾ ਆਪਣੀ ਜ਼ੋਨ ਵਿੱਚੋਂ ਫਸਟ ਆਏਗਾ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21,000 ਰੁਪਇਆ, ਦੂਜੇ ਨੰਬਰ 'ਤੇ 15,000, ਤੀਜੇ ਨੰਬਰ ਵਾਲੀ ਟੀਮ ਨੂੰ 10,000। ਉਸ ਤੋਂ ਬਾਅਦ ਫਿਰ ਸੁਪਰ ਮੁਕਾਬਲਾ ਜਿਹੜਾ ਹੋਏਗਾ ਸਭ ਤੋਂ ਲਾਸਟ ਫਾਈਨਲ, ਉਹ ਹੋਏਗਾ ਪੰਜਾਬ ਲੈਵਲ ਦਾ। ਉਹਦੇ ਵਿੱਚ ਜਿਹੜੀ ਟੀਮ ਪਹਿਲੇ ਨੰਬਰ 'ਤੇ ਆਏਗੀ ਉਹਨੂੰ 1,00,000 ਰੁਪਇਆ, ਠੀਕ ਹੈ ਜੀ। ਦੂਸਰੇ ਨੰਬਰ 'ਤੇ ਜਿਹੜੀ ਟੀਮ ਆਏਗੀ ਉਹਨੂੰ 75,000 ਰੁਪਇਆ, ਕਿਆ ਬਾਤ ਹੈ। ਜਿਹੜੀ ਤੀਸਰੇ ਨੰਬਰ 'ਤੇ ਟੀਮ ਆਏਗੀ ਉਹਨੂੰ 51,000 ਰੁਪਇਆ, ਅਤੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਪੰਜਾਬ ਦੇ ਪਿੰਡਾਂ ਵਿੱਚੋਂ ਉਹ ਬੱਚੇ ਜਿਨ੍ਹਾਂ ਦੇ ਕੰਠ ਸੁਰੀਲੇ ਨੇ ਅਤੇ ਜਿਨ੍ਹਾਂ ਦੇ ਰੋਮ ਰੋਮ ਵਿੱਚ ਕਵੀਸ਼ਰੀ ਰਚੀ ਆ, ਇਹਨਾਂ ਮੁਕਾਬਲਿਆਂ 'ਚੋਂ ਉੱਭਰ ਕੇ ਸਾਡੇ ਸਾਹਮਣੇ ਆਉਣਗੇ ਅਤੇ ਆਉਣ ਵਾਲੇ ਭਵਿੱਖ ਵਿੱਚ ਕਵੀਸ਼ਰੀ ਰਾਹੀਂ ਉਹ ਲੋਕਾਂ ਦੀ ਸੇਵਾ। ਸੱਚਮੁੱਚ ਇਹ ਬਹੁਤ ਵੱਡਾ ਉਪਰਾਲਾ, ਔਰ ਅਖੀਰ ਮੈਂ ਧੰਨਵਾਦ ਕਰਨਾ ਚਾਹਾਂਗਾ ਤੁਹਾਡਾ ਕਿ ਤੁਸੀਂ ਸਾਨੂੰ ਇਹ ਜਿਹੜਾ ਸਮਾਂ ਬਖਸ਼ਿਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਤੁਹਾਡੀ ਸਾਰੀ ਟੀਮ ਦਾ ਕਰਨਾ ਚਾਹੁੰਦਾ ਜੀ, ਜਿਨ੍ਹਾਂ ਨੇ ਕੀੜੀ ਦੇ ਘਰ ਨਰਾਇਣ ਆਉਣ ਇਹ ਗੱਲ ਹੈ, ਤੁਸੀਂ ਇਸ ਪੇਂਡੂ ਕਲਾ ਨੂੰ ਲੋਕਾਂ ਦੇ ਦਿਲ ਵਿੱਚ ਵਸੀ ਕਲਾ ਨੂੰ ਸਕਰੀਨ 'ਤੇ ਲਿਆਉਣ ਦਾ ਯਤਨ ਕੀਤਾ, ਮੇਰੇ ਵਰਗੇ ਦਾਸ ਨੂੰ ਤੁਸੀਂ ਪਰਦੇ 'ਤੇ ਲਿਆ ਰਹੇ ਹੋ, ਜਿੰਨਾ ਚਿਰ ਜ਼ਿੰਦਗੀ ਦੇ ਸਵਾਸ ਨੇ ਤੁਹਾਡੇ ਵੀ ਕਰਜਾਈ ਰਵਾਂਗੇ ਜੀ। ਸਤਿ ਸੰਗਤ ਜੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਵਾਕਈ ਬਹੁਤ ਪਸੰਦ ਆਈ ਹੋਵੇਗੀ। ਮੈਂ ਤਾਂ ਇਹਨੂੰ ਖੁਦ ਬਹੁਤ ਮਾਣਿਆ, ਬੜੀ ਰੌਚਕ ਇਹ ਗੱਲਬਾਤ ਰਹੀ ਹੈ, ਕਵਿਸ਼ਰੀ ਦੇ ਪਿਛੋਕੜ ਬਾਰੇ ਅਸੀਂ ਸੁਣਿਆ, ਔਰ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਅਜਿਹੇ ਹੀ ਅਨਮੋਲ ਰਤਨ ਨੂੰ ਲੈ ਕੇ ਤੁਹਾਡੇ ਪੇਸ਼ੇ ਖਿਦਮਤ ਹੋਵਾਂਗੇ। ਉਦੋਂ ਦੇ ਲਈ ਪ੍ਰਿਆਮ ਸਿੰਘ ਨੂੰ ਦਿਓ ਇਜਾਜ਼ਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।